ਕੀ ਕਿਦਾਂ ਸਾਰੇ ਤੇ ਇਹਦੀ ਸਵਾਲ ਪੇਡਾਂ ਦਾ ਕਾਲ ਤੇ ਤੁਹਾਨੂੰ ਦਿਖਾਉਨੇ ਆ ਮੋਦੀ ਦੇ ਤੱਥ ਵੱਧੋ ਵੱਧ ਸ਼ੇਅਰ ਕਰੋ ਸਾਰੇ ਗਰੁੱਪਾਂ ਜਿਨ੍ਹਾਂ ਦੀਆਂ ਕਰਤੂਤਾਂ ਦਿਖਾਇਓ ਕੋਈ ਗੋਦੀ মিডিਆ ਨਹੀਂ ਦਿਖਾਉਂਦਾ ਦੇਖੋ ਜੀ ਸਰਕਾਰਾਂ ਜਦੋਂ ਪਿਛਲੀਆਂ ਸੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਿੰਨੇ ਨਾਲ ਬੰਦੇ ਸੀਗੇ 11 ਤੇ ਦੇਵ ਗੋੜਾ ਦੇ 2 ਤੇ ਬਜਪਾਈ ਜੀ ਦੇ 12 ਤੇ ਇਹਨਾਂ ਦਾ ਦੇਖ ਲਓ ਜੀ ਸਟਾਫ ਜਿਹੜਾ 64 ਬੰਦਿਆਂ ਦਾ 64 ਬੰਦਿਆਂ ਦਾ ਇਹਨਾਂ ਦਾ ਸਟਾਫ ਆ ਦੇਖ ਲਓ ਜੀ ਬਾਕੀ ਬੰਦਿਆਂ ਦਾ ਜਿਹੜੇ ਪ੍ਰਧਾਨ ਮੰਤਰੀ ਪਿਛਲੇ ਸੀ ਉਹਨਾਂ ਦੇ ਜਿਹੜੇ ਵਰਕਰ ਨਾਲ ਕੰਮ ਕਰਨ ਵਾਲੇ ਕਿਸੇ ਦੇ 2 ਕਿਸੇ ਦੇ 11 ਕਿਸੇ ਦੇ 12 ਤੇ ਇਹਦੇ ਹੈਗੇ ਜੀ 64 ਤੇ ਤੁਸੀਂ ਦੇਖ ਸਕਦੇ ਆ 64 ਬੰਦੇ ਕੰਮ ਕੀ ਕੀ ਕਰਦੇ ਆ ਤੁਸੀਂ ਦੇਖ ਲਓ ਬਾਈ ਜੀ 16 ਦਾ 84 ਰੱਖਿਓ ਆ ਚਲੋ ਠੀਕ ਆ ਹਰ ਹਰ ਮੋਦੀ ਗਰਗਰ ਮੋਦੀ ਬੰਦਿਆਂ ਨੂੰ ਕੰਮ ਦਿੱਤਾ ਆ ਇਦਾਂ ਕਹਿ ਦੇਵੇ ਫਿਰ ਭੇਡਾਂ ਨੇ ਕਹਣਾ ਬੰਦੇ ਨੂੰ ਕੰਮ ਦਿੱਤਾ ਸਾਡੇ ਪ੍ਰਧਾਨ ਮੰਤਰੀ ਨੇ ਬਾਕੀ ਪ੍ਰਧਾਨ ਮੰਤਰੀਆਂ ਨੇ ਕੰਮ ਨਹੀਂ ਸੀ ਦਿੱਤਾ ਇਹਨੇ ਬੰਦੇ ਨੂੰ ਕੰਮ ਦਿੱਤਾ ਆ ਤੇ ਬਾਕੀ ਦੇਖ ਸਕਦੇ ਆ ਬਾਈ ਜੀ ਬਾਲਾ ਹੀ ਔਖਾ ਇਹ ਬੰਦੇ ਦਾ ਓਹੋ ਹੋਰ ਦਿਖਾਉਣੇ ਜੀ ਤੁਹਾਨੂੰ ਹੋਰ ਦਿਖਾਉਣੇ ਜੀ ਦੇ ਕਾਰਨਾਮੇ ਬਾਕੀ ਪ੍ਰਧਾਨ ਮੰਤਰੀਆਂ ਕੋ 10 12 ਬੰਦੇ ਤੇ 64 ਬੰਦੇ ਰੱਖੀ ਫਿਰਦਾ ਓ ਸੱਚ ਫੋਟੋ ਤਾਂ ਉਸੇ ਫੋਨ ਨਾਲ ਚੇਂਜ ਹੋਣੀ ਮੈਂ ਭੁੱਲ ਗਿਆ ਇੱਕ ਵੰਟ ਫੋਟੋ ਤੁਹਾਨੂੰ ਚੇਂਜ ਕਰਕੇ ਦਿਖਾਉਣਾ ਗਲਤ ਕਿਸ ਕੰਟਰ ਕੋ ਸੌਰੀ ਫॉर ਅ ਡਿਸਟਰਬੈਂਸ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਤੇ ਉਹਨਾਂ ਦੀ ਜੇਬ ਤੇ ਰੀਨਵੋਲਡ ਦਾ ਪੈਨ 10 20 ਰੁਪਏ ਵਾਲਾ ਦੇਖ ਸਕਦੇ ਹਾਂ ਨਾ ਪੈਨ ਦੇਖੋ ਜੀ ਇੱਧਰ ਅਰਵਿੰਦ ਦਿੱਲੀ ਦਾ ਮੁੱਖ ਮੰਤਰੀ 10 ਰੁਪਏ ਦਾ ਪੈਨ ਤੇ ਇੱਧਰ ਜੈਲੀ ਡਿਗਰੀਆਂ ਵਾਲੇ ਪ੍ਰਧਾਨ ਮੰਤਰੀ ਜੀ ਪੈਨ ਹੈਗਾ ਜੀ 1 ਲੱਖ 30000 ਰੁਪਏ ਦਾ ਸਹੀ ਸੁਣਿਆ ਤੁਸੀਂ ਮੋਡ ਬਲੈਕ ਕੰਪਨੀ ਦਾ ਪੈਨ Amazon ਤੇ ਵੀ ਤੁਸੀਂ ਚੈੱਕ ਕਰ ਸਕਦੇ ਆ ਫਾਉਂਟੇਨ ਪੈਨ ਮੋਡ ਬਲੈਕ 1,30,000 ਰੁਪਏ ਦਾ ਪੈਨ ਵਰਤੋਂ ਕਰਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹਮ ਤੋ ਫਕੀਰ ਹੈ ਦੇਖ ਲਓ ਜੀ ਜਿਹੜੇ ਪੜ੍ਹੇ ਹੋ ਲਿਖੇ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਕੋਲ ਸਾਰੇ ਦੇਸ਼ ਤੋਂ ਵੱਧ ਡਿਗਰੀਆਂ ਵਾਲੇ ਪ੍ਰਧਾਨ ਮੰਤਰੀ ਕਹਿ ਸਕਦੇ ਹਨ ਉਹ 10 ਰੁਪਏ ਵਾਲਾ ਪੈਨ ਦੇਖ ਸਕਦੇ ਆ ਤੇ ਇੱਧਰ ਹਰਵਿੰਦ ਵੀ ਪੜ੍ਹਿਆ ਲਿਖਿਆ ਬੰਦਾ ਇਹ ਵੀ 10 ਰੁਪਏ ਵਾਲਾ ਪੈਨ ਤੇ ਇੱਧਰ ਇਹੜਾ ਪੜਿਆ ਲਿਖਿਆ ਕੁਛ ਨਹੀਂ ਤੇ ਜੇ ਕਿਸਨੂੰ ਕੋਈ ਸ਼ੱਕ ਸ਼ਿਕਵਾ ਪੀਐਮ ਪੈਨ ਕੋਸਟ ਕੁਛ ਵੀ ਸਰਚ ਕਰ ਲਿਓ ਇਹ ਪੈਨ ਸੱਚੀ 1,30,000 ਰੁਪਏ ਦਾ ਆ ਦੇਖ ਲਓ ਕਿੱਦਾਂ ਲੁੱਟੀ ਜਾਂਦਾ ਦੇਸ਼ ਨੂੰ ਇਹਦੇ ਕਿਹੜਾ ਆਪਣੇ ਪੈਸੇ ਲੱਗੇ ਆ ਹਨਾ ਸੋ ਯਾਰ ਬੜਾ ਹੀ ਔਖਾ ਤੇ ਹੋਰ ਦਿਖਾਉਣੇ ਤੁਹਾਨੂੰ ਤੇ ਛੱਤੀਸਗੜ੍ਹ 'ਚ ਆਪਣੇ ਜਵਾਨ ਛੀਦ ਹੋਏ ਆ ਸਭ ਨੂੰ ਦੁੱਖ ਹੈ ਇਸ ਗੱਲ ਦਾ ਹਨਾ ਤੇ ਇੱਕ ਖਬਰ ਇੰਡੀਆ ਟੂਡੇ ਵਾਲਿਆਂ ਨੇ ਦਿੱਤੀ ਸੀ ਲੋਕਲ ਬੀਜੇਪੀ ਲੀਡਰ ਇਨ ਛੱਤੀਸਗੜ੍ਹ ਦੈਂਤੇਵਾੜਾ ਅੰਡਰ ਅਰੈਸਟ ਫਾਰ ਸਪੋਰਟਿੰਗ ਨੈਕਸਲਸ ਬੀਜੇਪੀ ਦਾ ਇੰਡੀਆ ਟੂਡੇ ਚ ਖਬਰ ਆਈ ਸੀ ਜੀ ਕੋਈ ਐਡਿਟ ਨਹੀਂ ਕੀਤੀ ਹੋਈ ਬੀਜੇਪੀ ਦਾ ਉਸ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਇਨਵੋਲਵਮੈਂਟ ਇਨ ਸਪਲਾਈਂਗ ਵੈਰੀਅਸ ਮਟੀਰੀਅਲਸ ਹੁਣ ਤੁਸੀਂ ਇਹ ਸੋਚੋ ਜਿਹੜੇ ਨਕਸਲ ਆ ਚਲੋ ਠੀਕ ਆ ਉਹ ਜੋ ਕੁਝ ਮੰਗਦੇ ਆ ਹਨਾ ਉਹਨਾਂ ਦੀ ਮਤਲਬ ਆਪਾਂ ਉਹ ਗੱਲ ਨਹੀਂ ਕਰਦੇ ਵੀ ਉਹਨਾਂ ਨੂੰ ਹਥਿਆਰ ਕੌਣ ਸਪਲਾਈ ਕਰਦਾ ਜੰਗਲਾਂ 'ਚ ਜੰਗਲਾਂ ਜਿਹਾ ਹਥਿਆਰ ਔਰੋਗ ਦੇ ਨੀਗੇ ਉਹਨਾਂ ਨੂੰ ਕੋਈ ਪਹੁੰਚਾਉਂਦਾ ਹੀ ਹੋਊ ਜੰਗਲਾਂ ਜਿਹਾ ਹਥਿਆਰ ਜਿਹੜੇ ਉਹ ਵਰਤਦੇ ਆ ਭਾਰਤ ਦੇ ਫੌਜੀਆ ਦੇ ਵਿਰੁੱਧ ਆਰਮੀ ਦੇ ਵਿਰੁੱਧ ਕੌਣ ਪਹੁੰਚਾਉਂਦਾ ਉਹਨਾਂ ਨੂੰ ਹਥਿਆਰ ਸੋਚਣ ਵਾਲੀ ਗੱਲ ਆ ਸੋਚਣ ਵਾਲੀ ਗੱਲ ਆ ਤੇ ਹਾਂਜੀ ਸਭ ਨੇ ਖਬਰ ਦੇਖ ਲਈ ਹੁਣ ਲਈ ਹੁਣੀ ਆ ਹਨਾ ਭਈ 20 ਤੋਂ ਵੱਧ ਜਵਾਨ ਆਪਣੇ ਸ਼ਹੀਦ ਹੋ ਗਏ ਸਾਨੂੰ ਵੀ ਦੁੱਖ ਆ ਇਸ ਗੱਲ ਦਾ ਤੇ ਪਰ ਉਹਨਾਂ ਤਾਂ ਹਥਿਆਰ ਪਹੁੰਚਾਉਂਦਾ ਕੌਣ ਆ ਮੇਨ ਮੁੱਦਾ ਇਹ ਆ ਜਿਹੜੇ ਸਾਡੀ ਆਰਮੀ ਫੌਜ ਦੇ ਵਿਰੁੱਧ ਲੜਦੇ ਆ ਹਨਾ ਬਾਹਰ ਖਣੇ ਤਾਂ ਨਾ ਹੋ ਰੇ ਤੇ ਮੋਦੀ ਦੀ ਸਭ ਤੋਂ ਵੱਡੀ ਭੇਡ ਚੱਕਸ਼ੇ ਕੁਮਾਰ ਚੱਕਸ਼ੇ ਕੁਮਾਰ ਇਹਨੇ ਆ ਦੇਖ ਲਓ ਥਾਲੀ ਖੜਕਾਉਂਦਾ ਬੜੀਆਂ ਥਾਲੀਆਂ ਖੜਕਾਈਆਂ ਬੜੀਆਂ ਮੋਮਬਤੀਆਂ ਜਲਾਈਆਂ ਹੈ ਬੜਾ ਕੁਛ ਕੀਤਾ ਇਹਨੇ ਜਿੱਦਾਂ ਜਿੱਦਾਂ ਉਹ ਕਹੀ ਗਿਆ ਥਾਲੀਆਂ ਖੜਕਾਓ ਕਰੋਨਾ ਭਜਾਓ ਮੋਮਬਤੀ ਜਗਾ ਕਰੋਨਾ ਭਜਾਓ ਹਨ ਤੇ ਮਾਸਕ ਵੀ ਲਾਇਆ ਵਿਚਾਰੇ ਨੇ ਪਰ ਅੱਜ ਖਬਰ ਆ ਗਈ ਕਿ ਕਰੋਨਾ ਇਹਨੂੰ ਵੀ ਹੋ ਗਿਆ ਸੋ ਇਹ ਤੋਂ ਭਾਵ ਇਹ ਆ ਜਿਹੜਾ ਤੁਹਾਡਾ ਪ੍ਰਧਾਨ ਮੰਤਰੀ ਤੁਹਾਨੂੰ ਕਹਿੰਦਾ ਥਾਲੀਆਂ ਖੜਕਾਓ ਮੋਮਬਤੀਆਂ ਜਗਾਓ ਉਹ ਤੁਹਾਨੂੰ ਮੂਰਖ ਬਣਾਉਂਦਾ ਆ ਥਾਲੀਆਂ ਖੜਕਾਉਣ ਜਾਂ ਮੋਮਬਤੀਆਂ ਜਗਾਉਣ ਨਾਲ ਕਰੋਨੇ ਨਹੀਂ ਭੱਜਦੇ ਜੇ ਭੱਜਦੇ ਹੁੰਦੇ ਤਾਂ ਹੁਣ ਨੂੰ ਫਿਰ ਦੇਖ ਲਓ ਬਹੁਤ ਥਾਲੀਆਂ ਪਿੱਟੀਆਂ ਆਏ ਨੇ ਤੇ ਅੱਜ ਇਹਨੇ ਟਵੀਟ ਕਰਤਾ ਵੀ ਮੈਨੂੰ ਕਰੋਨਾ ਹੋ ਗਿਆ ਆ ਸੋ ਥਾਲੀਆਂ ਖੜਕਾਈਆਂ ਕੰਮ ਨਹੀਂ ਆਈਆਂ ਕੋਈ ਨਹੀਂ ਤੇ ਗਾਂ ਦਿਖਾਉਣੀ ਤੁਹਾਨੂੰ ਚਾਬਲੂਸੀ ਦਾ ਵਿਚਾਰਾ ਬਹੁਤ ਕਰਦਾ ਹੋਲੀ ਤੇ ਇਹਨੇ ਕਹਿਤਾ ਵੀ ਹੋਲੀ ਘਰਾਂ ਚ ਰਹਿ ਕੇ ਮਨਾਓ ਬੜੀ ਧੀ ਰੇਲ ਬਣਾਈ ਭੇਡਾਂ ਨੇ ਬਾਈ ਜੀ ਬਹੁਤ ਜ਼ਿਆਦਾ ਤੇ ਆ ਦੇਖੋ ਜੀ ਆ ਤੁਹਾਨੂੰ ਇੱਕ ਮੈਪ ਦਿਖਾਉਣਾ ਇਹ ਹੈਗਾ ਰਿਲਾਇੰਸ ਵਾਲਿਆਂ ਦਾ ਰਿਲਾਇੰਸ ਵਾਲਿਆਂ ਕੋ ਪੈਸਾ ਕਿੱਦਾਂ ਆਉਂਦਾ ਆ ਹੁਣ ਆਪਣਾ ਆਮ ਇਨਸਾਨ ਤਾਂ 8 ਤੋਂ 5 ਕੰਮ ਕਰਦਾ ਉਹਨੇ ਤਾਂ ਉਹੀ ਮਤਲਬ ਜਿੰਨੇ ਪੈਸੇ ਬਣਨੇ ਉਨੇ ਹੀ ਬਣਨੇ ਪਰ ਰिलायंस ਦਾ ਤੁਸੀਂ ਸਿਸਟਮ ਦੇਖੋ ਹਰ ਇੱਕ ਕੰਮ 'ਚੇ ਮੋਰੇ ਆ ਹੁਣ ਪੰਜਾਬੀ ਗਲਾਕਾਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ Jio ਸਾਹਿਬ ਨੇ ਇਹਨਾਂ ਦਾ ਰिलायंस ਦਾ ਆ ਇੱਕ ਪਾਸੇ ਇਹ ਰिलायंस ਦੀਆਂ ਕੰਪਨੀਆਂ ਆ ਇਹ ਵਾਲੀਆਂ ਤੇ ਇਹ ਜਿਨ੍ਹਾਂ ਦੇ ਵਿਰੁੱਧ ਕਰ ਰਹੇ ਆ ਹਨਾ ਮਤਲਬ ਹੁਣ ਜਿੱਦਾਂ ਪਈ ਫੋਨ ਦੀ ਇਹਨਾਂ ਦੀ Jio ਦੀ ਤੇ ਮੋਰੇ Airtel ਤੇ Vodafone ਇਹਨਾਂ ਵਿਰੁੱਧ ਹਨਾ ਮਤਲਬ ਹਰ ਇੱਕ ਚੀਜ਼ 'ਚ ਹੀ ਨਹੀਂ ਪੰਗਾ ਲਿਆ ਵੀਡੀਓ ਕਾਨਫਰੰਸ 'ਚ ਹਰ ਇੱਕ ਚੀਜ਼ ਇਹਨਾਂ ਦਾ ਦੇਖ ਲਓ ਪੰਗਾ ਆ ਤੇ ਪੂਰੀ سپورਟ ਆ ਸਰਕਾਰ ਦੀ ਹੈਨਾ ਦੇਖ ਸਕਦੇ ਆ ਤੁਸੀਂ ਇਹ ਇਹਨਾਂ ਦੀਆਂ ਕੰਪਨੀਆਂ ਪਹਿਲੇ ਘੇਰੇ ਚ ਤੇ ਆ ਇਹਨਾਂ ਦੀਆਂ ਵਿਰੋਧੀ ਕੰਪਨੀਆਂ ਹੈਨਾ Amazon ਨਾਲ ਇਹਨਾਂ ਦਾ ਪੰਗਾ ਇੱਕ ਬਹੁਤ ਚੱਲਣ ਡਿਆ ਆ ਹੈਨਾ ਤੇ ਉਹ ਕੋਰਟ ਨੇ ਥੋੜੀ ਜੀ ਰੋਕ ਲਾਈ ਪਈ ਆ ਉਹ ਕਈ ਹਜ਼ਾਰ ਕਰੋੜ ਦਾ ਆਇਆ ਹੀ ਨਹੀਂ ਸੰਧੀ ਕੀਤੀ ਹੈ ਕੋਈ ਦੱਸਾਂਗੇ ਤੇ ਬਾਕੀ ਨੈਟਵਰਕ 18 ਇਹ ਵੀ ਇਹਨਾਂ ਦਾ ਹੀ ਆ ਬਾਈ ਜੀ ਜਿਨ੍ਹਾਂ ਨੂੰ ਨਹੀਂ ਪਤਾ ਤੇ ਬਾਕੀ মিডিਆ ਚ ਸਟਾਰ ਜੀ ਦੇ ਵਿਰੋਧਿਆ ਜੀ ਆਲਾ ਵੀ ਰਾਜਸਭਾ ਦਾ ਮੈਂਬਰ ਸ਼ੋਹਜ ਚੰਦਰ ਬੀਜੇਪੀ ਵਾਲਿਆਂ ਦਾ ਹੀ ਆ ਵਿਰੋਧ ਕਾਦੇ ਮਿਲਿਓ ਹੀ ਆ ਹਨਾ ਤੇ ਆ ਬਾਈ ਜੂ ਇਹ ਬਾਈ ਜੂ ਆਲਾ ਬੰਦਾ ਸਾਊਥ ਇੰਡੀਆ ਨੇ ਥੋੜੇ ਸਮੇਂ ਚ ਕਿਦਾਂ ਬਿਲੀਅਨ ਡਾਲਰ ਦਾ ਮਾਲਕ ਬਣ ਗਿਆ ਕਿਦਾਂ ਭਾਰਤੀ ਟੀਮ ਦੀਆਂ ਜਰਸੀਆਂ ਸਪான்ਸਰ ਕਰਨ ਲੱਪਿਆ ਸੋਚਣ ਵਾਲੀ ਗੱਲ ਆ ਬਾਈ ਜੂ ਉਹ ਬੰਦੇ ਦਾ ਨਾਮ ਆ ਕਿਦਾਂ ਇੱਕਦਮ ਹੀ ਉਹਦੀ ਚੜ੍ਹਾਈ ਹੋਈ ਬਾਈ ਜੂ ਤੁਸੀਂ ਪਹਿਲਾਂ ਕਦੀ ਸੁਣਿਆ ਨਹੀਂ ਹੋਣਾ ਭਾਰਤੀ ਟੀਮ ਦੀਆਂ ਜਰਸੀਆਂ ਤੇ ਦੇਖ ਲਿਓ ਲਿਖਿਆ ਹੁੰਦਾ ਬਾਈ ਜੂ ਇਹ ਕਿਦਾਂ ਕਿੱਥੋਂ ਆ ਗਿਆ ਉੱਠ ਕੇ ਹਨਾ ਤੇ ਹਰ ਇੱਕ ਪਾਸੇ ਨਹੀਂ ਪੈਰ ਫਸਾਰੇ ਹੋ ਆ ਬਾਈ ਜੀ ਦੇਖ ਲਓ ਕਿੰਨੀਆਂ ਕੰਪਨੀਆਂ ਆ ਤੇ ਸਿੰਗਰ ਬਾਈ ਆਪਣੇ ਗਾਣੇ ਇਹਨਾਂ ਨੂੰ ਦੇ ਕੇ ਬਾਅਦ ਚ ਕਹਿੰਦੇ ਉਹਨਾਂ ਤਾਂ ਪਤਾ ਹੀ ਨਹੀਂ ਜੀਓ ਜੀਓ ਛਾਵੇਂ ਨਹੀਂ ਰਹਦੀ ਆ ਦੇਖ ਲਓ ਬਾਈ ਜੀ ਕਿੱਦਾਂ ਸਾਨੂੰ ਸ਼ਰਿਆਮ ਫੂਲ ਬਣਾਉਨੇ ਯਾਰ ਕਿੱਦਾਂ ਫੂਲ ਬਣਾਉਂਦੇ ਦੇਖੋ ਹਨਾ ਤੇ ਬਾਕੀ ਹੋਰ ਦਿਖਾਉਨੇ ਆ ਤੁਹਾਨੂੰ ਸੋ ਆਪਣੇ ਦਿਮਾਗਾਂ 'ਚ ਬਿਠਾ ਲਓ ਬਾਈ ਜੀ ਆ ਸਾਰੀਆਂ ਕੰਪਨੀਆਂ ਅੰਬਾਨੀ ਦੀਆਂ ਆ ਤੇ ਇਹਨਾਂ ਦਾ ਬਾਈਕਾਟ ਕਿਸੇ ਵੀ ਤਰ੍ਹਾਂ ਤੁਹਾਨੂੰ ਕਿਤੇ ਵੀ ਮਿਲੇ ਬਾਈਕਾਟ ਆ ਸਿੱਧੀ ਜੀ ਗੱਲ ਆ ਤੇ ਬਾਕੀ ਜਿਹਨੇ ਨਹੀਂ ਬਾਈਕਾਟ ਕਰਨਾ ਕੋਈ ਨਹੀਂ ਭਰਾਵੋ 352 ਤੋਂ ਵੱਧ ਕਿਸਾਨ ਚੀਤ ਹੋ ਗਏ ਆ ਕੋਈ ਨਹੀਂ 130 ਤੋਂ ਵੱਧ ਦਿਨ ਹੋ ਗਏ ਆ ਮਰਜ਼ੀ ਤੁਹਾਡੀ ਨਹੀਂ ਕਰਨਾ ਤਾਂ ਹਨਾ ਆਪਾਂ ਤਾਂ ਕਹਿ ਹੀ ਸਕਦੇ ਆ ਰੌਲਾ ਵੀ ਪਾ ਸਕਦੇ ਆ ਕਰਨੀ ਤਾਂ ਤੁਸੀਂ ਮਰਜ਼ੀ ਆ ਤੇ ਤੁਹਾਨੂੰ ਹੋਰ ਦਿਖਾਉਣਾ ਦੀਨ ਦੁਨੀਆਦਾਰੀ ਦੇ ਤੱਥ ਤੇ ਸੱਚ ਅਵਾਰਡ ਬੜੇ ਮਿਲੇ ਕਹਿੰਦੇ ਹੁੰਦੇ 100 ਸਨਾਰ ਦੀ ਇੱਕ ਲਹਾਰ ਦੀ ਇਹ ਗੱਲ ਸੱਚ ਹੋਈ ਕਿੱਥੇ ਰਵੀਸ਼ ਕੁਮਾਰ ਜੀ ਨੂੰ ਕਿਹੜਾ ਇੱਡਾ ਵੱਡਾ ਵਾਰਡ ਮਿਲਿਆ ਸੀ ਕੱਲਿਆਂ ਨੂੰ ਹੀ ਹਨਾ ਤੇ ਬਹੁਤ ਵੱਡਾ ਵਾਰਡ ਸੀ ਉਹ ਜਿਹੜਾ ਮਿਲਿਆ ਇਹਨਾਂ ਨੂੰ ਤੇ ਇੱਧਰ ਉਹੀ ਗੱਲ ਆਨਾ ਵੰਡੇ ਰੇੜੀਆਂ ਮੋੜ ਮੋੜ ਆਪਣੇਆਂ ਨੂੰ ਉਹੀ ਗੋਦੀ ਮੀਡੀਆ ਵਾਲੇ ਚੈਨਲਾਂ ਵਾਲੇ ਆ ਦੇਖੋ ਆ ਮੋੜੇ ਵਾਰਡ ਰੱਖ ਕੇ ਬੈਠੇ ਆ ਸਾਰੇ ਉਹੀ ਮਿਲਿਓ ਚੈਨਲ ਉਹਨਾਂ ਨੂੰ ਹੀ ਆਪਸ ਜੀ ਵਾਰਡ ਵੰਡ ਤੇ ਆ ਦੋ ਤਸਵੀਰਾਂ ਸੇਮ ਹੀ ਆ ਹਨਾ ਵੀ ਕਹਿੰਦਾ ਮਤਲਬ ਬਾਂਦਰਾ ਮੋਰੇ ਕੇਲੇ ਰੱਖਦੇ ਜਾਈਨਾ ਮੋਰੇ ਵਾਰਡ ਰੱਖਿਓ ਆ ਸੇਮ ਹੀ ਆ ਹਨਾ ਦੇਖ ਲਓ ਪਤਾ ਹੁਣ ਸਾਰਿਆਂ ਨੇ ਪੜੀ ਹੋਣੀ ਖਬਰ ਹੈ ਨਾ ਇਹ ਜਿਹੜੇ ਇੰਡੀਆ 'ਚ ਜਿਹੜੇ ਟੀਵੀ ਦੇਖਦੇ ਆ ਚੈਨਲ ਇਹਨਾਂ ਦੇ ਬੰਦਾ ਲਾਈ ਲੈਂਦਾ ਇੱਕ ਦੋ ਮਿੰਟ ਲਈ ਸਾਹਮਣੇ ਆਈ ਜਾਂਦਾ ਇਹ ਰੌਲਾ ਪਾਉਣ ਦੇ ਹੁਣੇ ਆ ਵਾਰਡ ਮਿਲਾ ਹਮਕੋ ਵਾਰਡ ਮਿਲਾ ਹਮਕੋ ਇਹ ਮਿਲਾ ਹਮਕੋ ਉਹ ਮਿਲਾ ਕੱਲ ਇਹਨਾਂ ਨੂੰ ਵਾਰਡ ਮਿਲੇ 25 25 ਵਾਰ ਇੱਕ ਇੱਕ ਬੰਦੇ ਨੂੰ ਦੇ ਦਿੱਤੇ ਹੈ ਜਿੱਦਾਂ ਕਵਾੜ ਵਾਲੇ ਤੋਂ ਆਪਾਂ ਨਹੀਂ ਦੇ ਕੇ ਬੋਤਲਾਂ ਮਰੁੰਡਾ ਖਾਈਦਾ ਸੀ ਉਹ ਹਿਸਾਬ ਨਾਲ ਇਹਨਾਂ ਨੂੰ ਵਾਰਡ ਮਿਲੇ ਆ ਤੇ ਫਿਰ ਭਾਈ ਪੱਤਰਕਾਰੀ ਤੇ ਇਹਨਾਂ ਦੀ ਆ ਲੂਡਾ ਇਦਾਂ ਦੇ ਬੰਦੇ ਅਜੇ ਵੀ ਇੰਡੀਆ 'ਚ ਹੈਗੇ ਆ ਪੱਤਰਕਾਰੀ ਦੇ ਖੇਤਰ 'ਚ ਧੰਨਵਾਦ ਤੇ ਹੁਣ ਤੁਹਾਨੂੰ ਦਿਖਾਉਣਾ ਇੱਕ ਚੀਜ਼ ਤੇ ਬਾਈ ਜੀ ਮੈਨੂੰ ਨਹੀਂ ਪਤਾ ਮੈਂ ਬਾਅਦ ਚ ਐਂਡ 'ਚ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਆਪਣਾ ਮਤਲਬ ਪੂਰਾ ਜਿੰਨੇ ਜੁਗ ਹੈਗਾ ਜ਼ੋਰ ਲਾਇਆ ਵੀ ਆਪਣਾ ਇਤਿਹਾਸ ਦਿਖਾਵਾਂ ਜਿੱਥੋਂ ਵੀ ਹੈ ਨਾ ਲੱਭ ਕੇ ਲਿਆਉਣਾ ਕਿੰਨਾ ਟਾਈਮ ਲੱਗਦਾ ਹੈ ਨਾ ਤੇ ਕਹਿਣ ਵਾਲੇ ਤਾਂ ਮਿੰਟ ਜੁ ਕਹ ਦਿੰਦੇ ਤਾਂ ਮੰਗਦਾ ਰਹਿੰਦਾ ਇਹ ਤਾਂ ਮੰਗਤਾ ਆ ਹੈ ਨਾ ਚਲੋ ਇਹ ਮੈਨੂੰ ਪਤਾ ਕਿ ਕਿੰਨਾ ਟਾਈਮ ਮੈਨੂੰ ਸਪੈਂਡ ਕਰਨਾ ਪੈਂਦਾ ਦੇਖੋ ਜਾਪਾਨ ਵਾਲਿਆਂ ਨੇ ਵਰਲਡ ਵਾਰ 2 ਚ ਸਪੈਸ਼ਲੀ ਆਪਣੇ ਸਿੰਘ ਸਰਦਾਰਾਂ ਨੂੰ ਇਦਾਂ ਲਾਈਨਾਂ ਚ ਰੱਖ ਰੱਖ ਕੇ ਪੀਓਡਬਲਯੂ ਪ੍ਰिजनਰ ਆਫ ਵਾਰ ਜਿਹੜੇ ਜੁੱਧ ਚ ਫੜ ਹੋ ਜਾਂਦੇ ਹਨਾ ਉਹਨਾਂ ਨੂੰ ਰੱਖ ਰੱਖ ਕੇ ਤਾਂ ਲਾਈਨਾਂ ਚ ਅੱਖਾਂ ਤੇ ਪੱਟੀਆਂ ਬੰਨ ਕੇ ਸਿੰਘਾਂ ਦੇ ਤੇ ਜਿਹੜੇ ਨਵੇਂ ਰਿਕਰੂਟ ਭਾਰਤੀ ਕੀਤੇ ਸੀ ਉਹਨਾਂ ਨੂੰ ਨਿਸ਼ਾਨਾ ਲਾਉਣਾ ਸਿਖਾਉਂਦੇ ਸੀਗੇ ਤੇ ਬਾਅਦ ਚ ਉਹਨਾਂ ਦੇ ਗੋਲੀ ਮਾਰਦੇ ਸੀ ਸਿੰਘਾਂ ਦੇ ਉਹ ਸ਼ੋਰ ਕਰਦੇ ਸੀ ਵੀ ਡੈਥ ਹੋਊਗੀ ਆ ਕਿ ਨਹੀਂ ਉਹ ਜਿਹੜਾ ਬੰਦੂਕ ਦੇ ਮੋਰੇ ਤਿੱਖਾ ਜਿਹਾ ਲੱਗਾ ਹੁੰਦਾ ਬਾਅਦ ਚ ਉਹਦੇ ਨਾਲ ਮਾਰਦੇ ਸੀਗੇ ਦੇਖ ਸਕਦੇ ਆ ਤੁਸੀਂ ਦਾ ਸਨ ਬਹੁਤ ਵੱਡਾ ਅਖਬਾਰ ਆ ਇੰਗਲੈਂਡ ਦਾ ਸਭ ਨੂੰ ਪਤਾ ਹੋਣਾ ਸ਼ੌਕਿੰਗ ਐਗਜ਼ੀਕਿਊਸ਼ਨ ਪਿਕ ਸ਼ੋਜ਼ ਬਾਨੀ ਟੂ ਜੂਸਿੰਗ ਬ੍ਰਿਟਿਸ਼ ਸਿਕ ਪੀਓਡਬਲਯੂ ਪ੍ਰिजनਰ ਆਫ ਵਾਰ ਕਹਿੰਦੇ ਪੀਓਡਬਲਯੂ ਨੂੰ ਜਿਹੜੇ ਫੜ ਹੋ ਜਾਂਦੇ ਜੁੱਧ ਚ ਹਨਾ ਵਿਰੋਧੀ ਧਿਰ ਨੂੰ ਤੇ ਟਾਰਗੇਟ ਪ੍ਰੈਕਟਿਸ ਇਨ ਡਬਲਯੂ ਡਬਲਯੂ ਟੂ ਵਾਰਡਵਾ ਟੂ ਦੇਖ ਲਓ ਭਈ ਕਿੰਨੇ ਮਤਲਬ ਕਹਿ ਸਕਦੇ ਆ ਆਪਾਂ ਹੁਣ ਮੇ ਕੋ ਸ਼ਬਦ ਹੈ ਨਹੀਂ ਕਹਿਣ ਨੂੰ ਕਿ ਜਾਪਾਨੀ ਕਿੰਨੇ ਉਹ ਸੀਗੇ ਵੀ ਜਿਹੜੇ ਨਵੇਂ ਭਾਰਤੀ ਹੋਏ ਨਿਸ਼ਾਨਾ ਲਾਉਂਦੇ ਸੀ ਮੋਰੇ ਪੱਟੀਆਂ ਬੰਨ ਕੇ ਹਨਾ ਇਹ ਕੋਈ ਫਿਲਮ ਨਹੀਂ ਸੀ ਇਹ ਸੱਚ ਚ ਹੋਇਆ ਆ ਇਹ ਸੱਚ ਚ ਇਸ ਤਰ੍ਹਾਂ ਹੋਇਆ ਆ ਬਾਈ ਜੀ ਤੇ ਮੇਕ ਸ਼ੋਰ ਕਰਦੇ ਸੀ ਵੀ ਡੈਥ ਹੋ ਵੀ ਗਈ ਆ ਦਵਾਰਾਂ ਫੇਰ ਮਾਰਦੇ ਸੀਗੇ ਇਦਾਂ ਕਹਿਣ ਦਾ ਭਾਵ ਦੇਖ ਲਓ ਤੇ ਹੋਰ ਦਿਖਾਉਣਾ ਤੁਹਾਨੂੰ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਚੀਨ ਹੈ ਜਿਹੜਾ ਦੁਨੀਆ 'ਚ ਪਹਿਲੇ ਨੰਬਰ ਤੇ ਰਸ਼ੀਆ ਦੂਵੇ ਤੇ ਕੈਨੇਡਾ ਤੀਏ ਚੌਥੇ ਤੇ ਅਮਰੀਕਾ ਦੇ ਨਾਲ ਹੀ ਸੇਮ ਹੀ ਆ ਹਨਾ ਕਹਿੰਦਾ ਭਾਪਤੀ ਇਹ ਚੌਥੇ ਤੇ ਅਮਰੀਕਾ ਦੇ ਨਾਲ ਹਨਾ ਤੇ ਪਰ ਚੀਨ 'ਚ ਖੇਤਰਵਲ ਦੇ ਹਿਸਾਬ ਨਾਲ ਪਰ ਚੀਨ 'ਚ ਇੱਕੋ ਹੀ ਟਾਈਮ ਜ਼ੋਨ ਆ ਮੈਂ ਤੁਹਾਨੂੰ ਉਦਾਹਰਨ ਦਿੰਦਾ ਇੱਕ ਚੀਨ 'ਚ ਇੱਕੋ ਹੀ ਟਾਈਮ ਜ਼ੋਨ ਜਿੱਦਾਂ ਕੈਨੇਡਾ 'ਚ ਟਾਈਮ ਜ਼ੋਨ ਕਈ ਆ ਹਨਾ ਅਮਰੀਕਾ 'ਚ ਵੀ ਕਈ ਟਾਈਮ ਜ਼ੋਨ ਆ ਹੁਣ ਇੱਥੇ ਦਾ ਸਾਡਾ ਸਰੀ ਦਾ ਟ੍ਰਾਂਟੋ ਨਾਲੋਂ 3 ਘੰਟੇ ਦਾ ਹੋ ਹਨਾ ਮਤਲਬ ਇੱਥੇ 9 ਵਜੇ ਟ੍ਰਾਂਟੋ 'ਚ 12 ਵਜੇ ਦੁਪਹਿਰ ਦੇ ਸੂ ਤਿੰਨ ਘੰਟੇ ਅੱਗੇ ਆਊਟਸਾਈਡ ਸਾਡੇ ਤੋਂ ਪਰ ਚੀਨ ਸਾਰਾ ਹੀ ਦੇਖ ਲੋ ਬਹੁਤ ਹੀ ਵੱਡਾ ਆ ਚੀਨ ਰਕਵੇ ਦੇ ਹਿਸਾਬ ਨਾਲ ਪਰ ਟਾਈਮ ਜ਼ੋਨ ਉਹ ਨਾ ਕੋਈ ਇੱਕੋ ਹੀ ਉਹਦਾ ਰੀਜ਼ਨ ਕੀ ਆ ਹੁਣ ਕਈ ਆਪਣੇ ਕਹਿੰਦੇ ਰਹਿੰਦੇ ਭਰਾਵੋ ਆਪਾਂ ਗੜਾ ਚੀਨ ਜਾਣਾ ਆਪਾਂ ਕੀ ਲੈਣਾ ਦੇਣਾ ਪਰ ਨਹੀਂ ਹਨਾ ਇਦਾਂ ਦੀਆਂ ਚੀਜ਼ਾਂ ਸਾਨੂੰ ਕੋਈ ਘਾਟਾ ਤਾਂ ਹੈ ਨਹੀਂ ਜੇ ਸਾਨੂੰ ਪਤਾ ਲੱਗ ਜਵੇ ਚੀਨ ਦੀ ਜਿਹੜੀ 94% ਆਬਾਦੀ ਇਸੇ ਖਿੱਤੇ 'ਚ ਰਹਿੰਦੀ ਆ ਆ ਖਿੱਤੇ 'ਚ ਤੇ ਆ ਖਿੱਤੇ 'ਚ ਜਸਟ 6% ਆਬਾਦੀ ਰਹਿੰਦੀ ਹੈ ਇਹ ਅਧਾਰ ਨਾਲ ਨਹੀਂ ਦਿੱਤੀਓ ਮੈਪ ਬਣਾਉਣ ਵਾਲੇ ਨੇ ਇਹ ਚੀਨ ਦੀਆਂ ਪ੍ਰੋਵਿੰਸਾਂ ਦੀ ਆਬਾਦੀ ਇਹਨਾਂ ਦੇਸ਼ਾਂ ਦੇ ਹਿਸਾਬ ਨਾਲ ਆ ਹਨਾ ਹੁਣ ਇੱਥੇ ਆ ਬੀਜ਼ਿੰਗ ਦੀ ਆਬਾਦੀ ਆ ਤੇ ਬੀਜ਼ਿੰਗ ਦੀ ਆਬਾਦੀ ਫਿਨਲੈਂਡ, ਸਵੀਡਨ ਤੇ ਨਾਰਵੇਜ ਤਿੰਨੇ ਇਕੱਠੇ ਹੋ ਜਾਣ ਜਾਂ ਹੋਰ ਵੀ ਹਨਾ ਤੇ ਆ ਜਿੱਦਾਂ ਆਪਣੀਆਂ ਸਟੇਟਾਂ ਆ ਪੰਜਾਬ, ਹਰਿਆਣਾ ਇਦਾਂ ਹੀ ਚੀਨ ਦੀਆਂ ਸਟੇਟਾਂ ਹਰੇਕ ਸਟੇਟ ਦੀ ਆਬਾਦੀ ਦੇਸ਼ਾਂ ਨਾਲੋਂ ਵੀ ਵੱਧਿਆ ਹਨਾ ਇਹ ਸਟੇਟ ਦੀ ਆਬਾਦੀ ਸਪੇਨ ਸਾਰੇ ਦੇਸ਼ ਨਾਲੋਂ ਵੱਧਿਆ ਜਿੱਥੇ-ਜਿੱਥੇ ਕਿਸੇ ਦੇਸ਼ ਦਾ ਨਕਸ਼ਾ ਲੱਗਾ ਆ ਉਸ ਟੇਟਾਆਂ ਚੀਨ ਦੀਆਂ ਤੇ ਉਹਨਾਂ ਦੀ ਆਬਾਦੀ ਨਾ ਦੇਚਾਂ ਨਾਲੋਂ ਵੱਧਿਆ ਤੁਸੀਂ ਦੇਖ ਸਕਦੇ ਝੰਡੇ ਲੱਗੇ ਹੋ ਆ ਦੇਚਾਂ ਦੇ ਨਾਂ ਲਿਖਿਆ ਹੋ ਆ ਸੋ ਤੁਹਾਨੂੰ ਆਈਡੀਆ ਹੋ ਜਾਣਾ ਸੋ ਕਹਿਣ ਦਾ ਭਾਵ ਚੀਨ ਦੀ 94% ਆਬਾਦੀ ਇਸ ਏਰੀਏ ਚ ਆ ਸੋ ਇਹ ਏਰੀਆ ਜਿਹੜਾ 6% ਆਬਾਦੀ ਆ ਸਿਰਫ ਤੇ ਆ ਕੱਲਾ ਆਸਟ੍ਰੇਲੀਆ ਜਿੰਨੀ ਸੰਭੀ ਬੈਠਾ ਹਨਾ ਤੇ ਮਤਲਬ ਇੱਥੇ ਆਬਾਦੀ ਬਹੁਤ ਘੱਟ ਆ ਇਸ ਲਈ ਟਾਈਮ ਜ਼ੋਨ ਚੀਨ ਚ ਇੱਕੋ ਹੀ ਆ ਇਹਨਾਂ ਨੂੰ ਲੋਡ ਨਹੀਂ ਪੈਂਦੀ ਜ਼ਿਆਦਾ ਉਹ ਹਨਾ ਤੇ ਗਾਂ ਦਿਖਾਉਣੇ ਤੁਹਾਨੂੰ ਚੀਨ ਬਾਲਾ 20 ਚਲੋ ਕੋਈ ਨਹੀਂ ਚੀਨ ਵਾਲਿਓ ਆਪਾਂ ਵੀ ਨਾਲ ਹੀ ਆਂ ਭਾਰਤ ਵਾਸੀ ਤੁਹਾਨੂੰ ਕਰ ਲੈਣਾ ਕ੍ਰੋਸ ਠਹਿਰੋ ਜਰਾ ਦੱਸ ਦੇ ਤੁਹਾਨੂੰ ਆਪਾਂ ਪਹਿਲੇ ਨੰਬਰ ਤੇ ਆ ਜਾਣਾ ਪਹਿਲੇ ਨੰਬਰ ਤੇ ਆ ਜਾਣਾ ਆਬਾਦੀ ਦੇ ਮਾਮਲੇ 'ਚ ਇੰਡੀਆ ਨੇ ਤੇ ਹੋਰ ਦਿਖਾਉਣਾ ਤੁਮ ਆ ਜਾਓ ਤੇ ਆ ਵੀ ਇੱਕ ਤੁਹਾਨੂੰ ਤੱਥ ਦਿਖਾਉਣਾ ਇਹ ਇੱਕ ਦੇਸ਼ ਆ ਚਿਲੀ 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 ਇੱਧਰ ਪੈ ਜਾਂਦਾ ਆਪਣੇ ਪਤਾ ਹੀ ਹੋਣਾ ਚਿਲੀ ਇਹ ਨਾ ਕੋਲੰਬੀਆ ਪੇਰੂ ਇਕਵਾਡੋਰ ਇੱਧਰ ਅਰਜنٹਾਈਨਾ ਇਹ ਚਿਲੀ ਇੱਕ ਇਹੋ ਜਿਹਾ ਦੇਸ਼ ਆ ਜਿਹਦਾ ਨਕਸ਼ਾ ਲੰਬਾਈ 'ਚ ਹੀ ਆ ਚੌੜਾਈ 'ਚ ਜਸਟ 170 ਕਿਲੋਮੀਟਰ ਆ ਹਨਾ ਚੌੜਾ ਮਤਲਬ ਇੱਕ ਸਾਈਡ ਤੋਂ ਦੂਜੀ ਸਾਈਡ ਨੂੰ ਪਰ ਲੰਬਾਈ 'ਚ ਦੇਖੋ ਜੇ ਤੁਸੀਂ ਇੰਗਲੈਂਡ ਤੋਂ ਸ਼ੁਰੂ ਕਰੀਏ ਇਸ ਦੇਸ਼ ਨੂੰ ਇੰਗਲੈਂਡ ਤੋਂ ਲੈ ਕੇ ਇਰਾਕ ਤੱਕ ਆ ਜਾਂਦਾ ਇਹਨਾਂ ਲੰਮਾ ਇਹ ਦੇਸ਼ ਆ ਦੇਖੋ ਇਹ ਚਿਲੀ ਦਾ ਨਕਸ਼ਾ ਆ ਚਿਲੀ ਦੇਸ਼ ਜਿਹੜਾ ਉਹਦਾ ਨਕਸ਼ਾ ਮਤਲਬ ਪਈ ਇੱਥੇ ਉਦਾਹਰਣ ਦੇ ਤੌਰ ਤੇ ਕਿਸੇ ਨੇ ਸਮਝਾਇਆ ਆ ਵੀ ਲੰਬਾ ਏਡਾ ਕਿ ਆ ਇਹ ਭਿੰਗਲੈਂਡ ਤੋਂ ਸ਼ੁਰੂ ਕਰੀਏ ਕਿੱਥੇ ਇਰਾਕ ਆ ਤੇ ਕਿੱਥੇ ਇੰਗਲੈਂਡ ਆ ਵੀ ਦੇਖੋ ਦੇਸ਼ ਦਾ ਨਕਸ਼ਾ ਦੇਖੋ ਪਤੰਦਰ ਦਾ ਕਿਦਾਂ ਦਾ ਹੈ ਵੀ ਲੰਬਾਈ ਲੰਬਾਈ ਆ ਚੌੜਾਈ ਹੈ ਨਹੀਂ ਉਹ ਦੇਖੋ ਉਹ ਇਰਾਕ ਤੱਕ ਆ ਜਾਂਦਾ ਉਹ ਦੇ ਇਰਾਕ ਲਿਖਿਆ ਹਨਾ ਸਾਰੇ ਯੂਰਪ ਕਵਰ ਕਰਕੇ ਇਰਾਕ ਤੱਕ ਆ ਜਾਂਦਾ ਇਹ ਦੇਸ਼ ਦਾ ਨਕਸ਼ਾ ਇਸ ਤਰ੍ਹਾਂ ਦਾ ਆ ਇਸ ਦੀ ਸ਼ੇਪ ਇਸ ਤਰ੍ਹਾਂ ਦੀ ਆ ਤੇ ਇਦਾਂ ਦੇ ਹੋਰ ਵੀ ਤੱਥ ਦੱਸਿਆ ਕਰੂੰਗਾ ਬਹੁਤ ਬੜੀ ਮੈਨੂੰ ਬਹੁ ਲਾਈਕ ਆ ਵਧੀਆ ਲੱਗਦੀਆਂ ਇਦਾਂ ਦੀਆਂ ਚੀਜ਼ਾਂ ਮੈਨੂੰ ਤੁਹਾਡਾ ਨਹੀਂ ਪਤਾ ਹਨਾ ਵੀ ਤੁਹਾਨੂੰ ਪਸੰਦ ਆ ਜਾਂ ਨਹੀਂ ਤੇ ਇੱਕ ਹੋਰ ਦਿਹਾਉਣੀ ਤੁਹਾਨੂੰ ਤੇ ਬਾਈ ਜੀ ਅੱਜ ਦੇ ਦਿਨ ਹਾਂਜੀ ਤੇ ਅੱਜ ਦੇ ਦਿਨ ਅਮਰੀਕਾ ਦਾ ਪਹਿਲਾ ਰਾਜਦੂਤ ਭਾਰਤ ਦਾ ਬਣਿਆ ਸੀ ਤੇ ਉਹ ਸੀਗਾ ਹੈਨਰੀ ਗਰੇਡੀ ਇਹ ਬੰਦਾ ਜੀ ਉਹ ਦੇਖ ਸਕਦੇ ਹੈਨਰੀ ਐਫ ਗਰੇਡੀ ਇਹ ਭਾਰਤ ਲਈ ਅਮਰੀਕਾ ਵੱਲੋਂ ਪਹਿਲਾ ਰਾਜਦੂਤ ਸੀ ਹੈਨਾ ਆਜ਼ਾਦੀ ਤੋਂ ਬਾਅਦ ਸਾਲ 47 ਚ ਹੈਂਡਰੀ ਐਫ ਗ੍ਰੈਡੀ ਇੰਡੀਆ ਲਈ ਅਮਰੀਕਾ ਦਾ ਪਹਿਲਾ ਐਮਬੈਸਡਰ ਸੀ ਤੇ ਭਾਰਤ ਲੋ ਆਸੀਫ ਅਲੀ ਸੀਗਾ ਪਹਿਲਾ ਐਮਬੈਸਡਰ ਅਮਰੀਕਾ ਲਈ ਲਿਖ ਲਿਓ ਕੰਮ ਆ ਜੂ ਕਿਤੇ ਕੌਣ ਬਣੇਗਾ ਕਰੋੜਪਤੀ ਚ ਪੁੱਛ ਵੀ ਸਕਦਾ ਲੰਬੂ ਬੁਥਾਈ ਹੈ ਨਤਰ ਸਜਣੋ ਭਾਰਤ ਕੇ ਪਹਿਲੇ ਐਮਬੈਸਡਰ ਕੌਣ ਥੇ ਅਮਰੀਕਾ ਕੇ ਲਈ ਸਹੀ ਜਵਾਬ ਹੈ ਆਸੀਫ ਅਲੀ ਆਪ ਜੀ ਜਿੱਤ ਚੁੱਕੇ 7 ਕਰੋੜ ਰੁਪਇਆ ਤੇ ਇਸ ਵੇਲੇ ਜਿਹੜੇ ਅਮਰੀਕਾ ਅਮਰੀਕਾ ਦੇ ਵਿੱਚ ਭਾਰਤ ਦੇ ਅੰਬੈਸਡਰ ਆ ਉਹ ਹੈਗੇ ਤਰਨਜੀਤ ਸਿੰਘ ਸੰਧੂ ਹਨਾ ਉਹ ਤਰਨਜੀਤ ਸਿੰਘ ਸੰਧੂ ਜੀ ਆ ਇਸ ਵੇਲੇ ਤੇ ਉਹਨਾਂ ਦੀ ਧਰਮ ਪਤਨੀ ਰੀਨਤ ਸੰਧੂ ਉਹ ਇਟਲੀ ਚ ਅੰਬੈਸਡਰ ਸੀ ਹਨਾ ਤੇ ਦੋਨੋਂ ਮੀਆਂ ਬੀਬੀ ਅੰਬੈਸਡਰ ਆ ਤਰਨਜੀਤ ਸਿੰਘ ਸੰਧੂ ਇਸ ਵੇਲੇ ਹੋਣ ਅਪ੍ਰੈਲ 4 ਅਪ੍ਰੈਲ 2021 ਆ ਉਹ ਹੈਗੇ ਅਮਰੀਕਾ ਚ ਭਾਰਤ ਲੋ ਅੰਬੈਸਡਰ ਤੇ ਆਪਣੇ ਉਹਨਾਂ ਦੇ ਧਰਮ ਪਤਨੀ ਸੀਗੇ ਇਟਲੀ ਚ ਰੀਨੇਤ ਸੰਧੂ ਹਨਾ ਤੇ ਯਾਰ ਮਤਲਬ ਪਈ ਹੈ ਨਾ ਆਪਾਂ ਇਤਨੇ ਵੀ ਵੀਡੀਓ ਕਰੂੰਗਾ ਕਦੀ ਸੋਚਿਓ ਤੁਸੀਂ ਕਦੀ ਧਿਆਨ ਦਿਓ ਹੈ ਨਾ ਪੰਜਾਬ ਦੇ ਜ਼ਿਲ੍ਹਿਆਂ ਦੇ ਡੀਸੀਆਂ ਦੇ ਨਾਂ ਤੁਸੀਂ ਸੁਣਿਓ ਪਹਿਲਾਂ ਤਾਂ ਕੀ ਆ ਹੈ ਨਾ ਸਾਰੀ ਜਾਂ ਤਾਂ ਯੂਪੀ ਦਾ ਹੋਣਾ ਕੋਈ ਕਿੱਥੇ ਦਾ ਹੋਣਾ ਕੋਈ ਕਿੱਥੇ ਦਾ ਹੋਣਾ ਤੁਹਾਨੂੰ ਕੋਈ ਜਿੱਦਾਂ ਹੁਣ ਮੇਰਾ ਨਾਂ ਇੰਦਰਜੀਤ ਸਿੰਘ ਕੋਈ ਸਿੰਘ ਨਹੀਂ ਮਿਲਣਾ ਆਪਣਾ ਡਿਪਟੀ ਕਮਿਸ਼ਨਰ ਦਾ ਉਹਦਾ ਚੱਕਰ ਕੀ ਆ ਉਹਦਾ ਚੱਕਰ ਕੀ ਸਾਨੂੰ ਪਤਾ ਹੀ ਨਹੀਂ ਵੀ ਡੀਸੀ ਬਣਨ ਲਈ ਚਾਹੀਦਾ ਕੀ ਆ ਰਿਕੁਆਇਰਮੈਂਟ ਕੀ ਆ ਜਾਂ ਅੰਬੈਸਡਰ ਬਣਨ ਲਈ ਰਿਕੁਆਇਰਮੈਂਟ ਕੀ ਆ ਹੈ ਨਾ ਆਪਾਂ ਤਾਂ ਉਹ 46 ਛੱਡ ਰਹਿਣ ਦੇ ਛੱਡ ਰਹਿਣ ਦੇ ਛੇੜਨ ਦਾ ਦਰ ਤਾਂ ਹਾਂਜੀ ਤੇ ਮਿੱਤਰੋ ਆਪਾਂ ਟਿਕਟੌਕ ਤੇ ਵੀ ਕੱਲ ਮੋਦੀ ਦੇ ਉਹ ਵਿਰੋਧ ਵੀਡੀਓ ਪਾਈ ਸੀ ਤੇ ਟਿਕਟੌਕ ਤੇ ਵੀ ਆਪਾਂ ਤੱਥਾਂ ਵਾਲੀਆਂ ਪਾਇਆ ਕਰਨੀਆਂ ਇਹ ਟਿਕਟੌਕ ਹੈ 23000 ਫੋਲੋਅਰ ਆ ਫੋਲੋ ਕਰ ਲਿਓ ਤੇ ਟਵਿੱਟਰ ਕਈ ਬਾਈ ਕਹਿੰਦੇ ਬਾਈ ਲੱਭਦੀ ਨਹੀਂ ਬਾਈ ਜੀ ਟਵਿੱਟਰ ਉਹ 45000 ਫੋਲੋ ਵਾਲੀ ਭਾਰਤ ਸਰਕਾਰ ਨੇ ਇੰਡੀਆ ਚ ਬੈਨ ਕੀਤਾ ਉਹ ਤੁਹਾਨੂੰ ਤਾਂ ਨਹੀਂ ਦਿੱਦੀ ਇੰਡੀਆ ਚ ਅਸ ਆ ਚਲਾਉਣਾ ਹੁੰਦਾ ਮੈਂ ਉਹ ਚਲਾਉਂਦਾ ਵੀ ਨਹੀਂ ਹੁਣ 9241 ਫੋਲੋਅਰ ਆ ਤੁਸੀਂ ਕੁਝ ਨਹੀਂ ਕਰਨਾ ਸਰਚ ਚ ਇੰਦੀ ਜਿਸਵਾਲ ਉਹ ਇਹ ਭਰ ਦੇਣਾ ਸੱਚੇ ਚ ਇੰਦੀ ਜਿਸਵਾਲ ਉਹ ਮੇਰਾ ਅਸਲੀ ਟਵਿੱਟਰ ਆ ਜਾਣਾ ਤੁਹਾਡੇ ਸਾਹਮਣੇ ਇਹ ਫੋਲੋ ਕਰ ਲਿਓ ਤੇ ਜਾਂਦੇ ਜਾਂਦੇ ਇੱਕ ਹੋਰ ਤੇ ਥੈਂਕ ਉਹ ਸੱਚੇ ਇੱਕ ਸਕਿੰਟ ਇੱਕ ਸਕਿੰਟ ਇੱਕ ਸਕਿੰਟ ਇੱਕ ਫੋਟੋ ਰਹਿ ਗਈ ਤੇ ਧੰਨਵਾਦ ਜੀ ਸਾਰਿਆਂ ਵੀਰਾ ਦਾ ਜਿਨ੍ਹਾਂ ਨੇ ਹੌਸਲਾ ਵਧਾਇਆ ਹੁਣ ਕਮਰਾ ਵੀ ਲੈ ਲਿਆ ਉਹਦੇ ਵੀ ਖਰਚੇ ਆਰ ਜੇ ਵੀ ਰੱਖਣੇ ਤੇ ਸਭ ਦਾ ਥੈਂਕ ਯੂ ਜਿਹੜੇ ਡੋਨੇਟ ਕਰ ਰਹੇ ਮਹਿੰਦਰ ਸਿੰਘ ਜਿਸਵਾਲ, ਈਸ਼ਰ ਗਰ, ਅਰਸ਼ਦੀਪ ਸਿੰਘ, ਅਪਾਰਤ ਸਿੰਘ ਤਾਰੀ ਬ੍ਰਿੰਦਰ ਬੈਂਗੜ ਫੇਸਬੁੱਕ ਫੇਸਬੁੱਕ ਨੇ ਵੀ ਭੇਜੇ ਅੱਛਾ ਜੀ ਫੇਸਬੁੱਕ ਇੰਦੀ ਰੇਡੀਓ ਜਿਹੜਾ ਉੱਤੇ ਮਤਲਬ ਜੁਆਇਨ ਦਾ ਆਪਸ਼ਨ ਆਉਂਦਾ ਉੱਤੇ ਭਰਾਵਾਂ ਨੇ ਜੁਆਇਨ ਕੀਤਾ 5 ਡਾਲਰ ਮੰਥਲੀ ਦਾ ਉਹ ਭੇਜੇ ਹੋਣੇ ਆ ਸੰਦੀਪ ਸਿੰਘ ਗਰਦੀਪ ਗਰੇਵਾਲ ਅਮਨ ਸਿੰਘ ਅਮਰਦੀਪ ਸਿੰਘ ਸੰਗਾ ਸੁਖਚੇਤ ਕਾਲੋਂ ਹਰਪ੍ਰੀਤ ਸਿੰਘ ਅਰਨੁਪ੍ਰੀਤ ਸਿੰਘ ਚੰਦਰ ਸੁਹਾਸ ਚੰਦਰ ਸੁਹਾਸ ਜੀ ਮਤਲਬ ਮੈਨੂੰ ਲੱਗਦਾ ਹਰੇਕ ਮਹੀਨੇ ਭੇਜੇ ਹੀ ਦਿੰਦੇ ਜਿੰਨੇ ਵੀ ਇਹ ਭੇਜ ਸਕਦੇ ਥੈਂਕ ਯੂ ਜਸਪ੍ਰੀਤ ਸਿੰਘ ਜਸਵਾਲ ਸਿੰਘ ਹਰਪ੍ਰੀਤ ਸਿੰਘ ਟੋਥਰ ਰਵੀ ਬੜਵਾਲ ਗਰਮੀਤ ਬਰਾੜ ਤੇ ਇੱਕ ਭਰਾ ਵਿਕਰਮਜੀਤ ਕਲੇਰ ਇਹਨਾਂ ਸਭ ਦਾ ਥੈਂਕ ਯੂ ਮੈਨੂੰ ਇਹਨਾਂ ਚੋ ਕਿਸੇ ਨੇ ਨਹੀਂ ਕਿਹਾ ਸਾਡਾ ਨਾਮ ਸ਼ੋਅ ਕਰੀ ਮੈਂ ਆਪ ਸ਼ੋਅ ਕਰਦਾ ਆ ਹਨਾ ਮਤਲਬ ਮੈਂ ਕਿਸੇ ਨੂੰ इमोशनल ਕਰਕੇ ਨਹੀਂ ਪੈਸੇ ਲੈਂਦਾ ਭੀ ਗਰੀਬਾਂ ਦੇ ਘਰ ਬਣਾਉਣੇ ਐਦਾ ਉਦਾ ਮੈਂ ਕਹਿੰਦਾ ਮੈਂ ਰੇਡੀਓ ਲਈ ਮਨ ਚਾਹੀਦੇ ਆ ਹੁਣ ਕਮਰਾ ਲਿਆ ਉੱਥੇ ਆਰ ਜੇ ਰੱਖਣੇ ਆ ਸੋ ਜਿਹੜਾ ਕੋਈ ਵੀ ਆਪਣੀ ਸਪੋਰਟ ਕਰ ਸਕਦਾ ਕਰੋ ਹਨਾ ਮਤਲਬ ਤੇ ਹੋਰ ਦਿਖਾਉਣਾ ਤੁਹਾਨੂੰ ਇੱਕ ਚੀਜ਼ ਤੇ ਬਾਕੀ ਇਹਨਾਂ ਪੀਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਜੀ ਜਿਨ੍ਹਾਂ ਨੇ ਨਿਯੋਗਾ ਸਮਝਿਆ ਬਥੇਰੇ ਗਈ ਜਾਂਦੇ ਮੰਗਤਾ ਮੰਗਤਾ ਬਾਈ ਮੈਂ ਨਹੀਂ ਟੱਲਦਾ ਮੈਂ ਤਾਂ ਇਦਾਂ ਹੀ ਕਰੂੰਗਾ ਇਹ ਭੇਡਾਂ ਕਹਿੰਦੀਆਂ ਹੁਣ ਆਪਾਂ ਇਹਨੂੰ ਮੰਗਤਾ ਮੰਗਤਾ ਕਰਕੇ ਕਵਾਂਗੇ ਵੀ ਛੱਡ ਦੇ ਕਰਨਾ ਛੱਡ ਦੂ ਇਹ ਕੰਮ ਇਹ ਹਟ ਜੂ ਇਹ ਹੋਰ ਪਾਸੇ ਚਲ ਜੂ ਇਹ ਮੋਦੀ ਦੀ ਇਹੋ ਕਰਨਾ ਹਟ ਜੂ ਬਾਈ ਮੈਂ ਤਾਂ ਐਂ ਕਰੂੰ ਤੁਸੀਂ ਕਹਿ ਲਓ ਜੋ ਕਹਿਣਾ ਹਨਾ ਮੈਂ ਤਾਂ ਐਂ ਕਰੂੰ ਬਸ ਤੇ ਬਾਕੀ ਥੈਂਕ ਯੂ ਬਾਈ ਜੀ 13 ਲੱਖ ਬੰਦੇ ਚੋਂ 4000 ਬੰਦਾ ਗਿਆ ਜਿੱਥੇ ਮੈਂ ਕਹਿਣਾ ਹੁਣਾਂ ਕਲਿੱਕ ਕਰੋ ਹੁਣ ਤਾਂ ਬਾਈ ਜਿਹੜੇ ਨਹੀਂ ਜਾਂਦੇ ਉਹ ਜਾਣ ਕੇ ਨਹੀਂ ਜਾਂਦੇ ਹਨਾ ਪਤਾ ਤਾਂ ਸਭ ਨੂੰ ਕਿਦਾਂ ਕਲਿੱਕ ਕਰਨੀਆਂ ਸਿਰਫ 2500 ਬੰਦੇ ਨੇ ਕਲਿੱਕ ਕੀਤੀ 1300 ਚੋਂ ਚਲੋ ਕੋਈ ਨਹੀਂ ਭਰਾਵੋ ਹੱਸਦੇ ਬਸਦੇ ਰਹੋ ਜਿਹੜੇ ਨਹੀਂ ਵੀ ਕਰਦੇ ਹਨਾ ਕੋਈ ਚੱਕਰ ਨਹੀਂ ਮਾਲਕ ਭਾਗ ਲਾਵੇ ਤਰੱਕੀਆਂ ਬਖਸ਼ੇ ਤੁਹਾਨੂੰ ਸਭ ਨੂੰ ਵੀ ਹਨਾ ਮੈਨੂੰ ਵੀ ਬਖਸ਼ ਦੇਵੇ ਤਰੱਕੀਆਂ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਹਰੇਕ ਵੀਡੀਓ ਚ ਕਹਿੰਦਾ ਫੇਰ ਕਹਿ ਦਿੰਨਾ www.indireadio.cc ਸਰਚ ਕਰਨਾ ਤੁਸੀਂ Google Chrome ਕਿਸੇ ਵੀ ਬ੍ਰਾਊਜ਼ਰ 'ਚ ਇੱਕ ਆ ਥੱਲੇ ਸਭ ਤੋਂ ਐਂਡ 'ਚ ਐਡ ਆਉਂਦੀ ਆ ਇੱਕ ਆ ਆ ਪੀਲੀ ਜੀ ਪੱਟੀ ਚੱਲਦੀ ਹੈ ਨਾ ਆ ਪੰਨੂ ਭਾਜੀ ਨੇ ਵੀ ਹੈਲਪ ਕੀਤੀ ਸੀ ਥੈਂਕ ਯੂ ਤੇ ਪੱਡਾ ਟਰਕਿੰਗ ਵਾਲੇ ਭਾਜੀ ਦਾ ਵੀ ਥੈਂਕ ਯੂ ਆ ਦੋ ਆ ਤਿੰਨ ਨਾਂ ਲਿਖਿਆ ਹੁੰਦੇ ਇਹਨਾਂ ਤੇ ਇੱਥੇ ਨਹੀਂ ਕਲਿੱਕ ਕਰਨਾ ਸੀ ਐਡ ਤੇ ਇਹਦਾ ਮੇਰੇ ਵੱਲੋਂ ਲਈਓ ਆ ਪੱਡਾ ਟਰਕਿੰਗ ਵਾਲੇ ਭਾਜੀ ਦਾ ਸ਼ੁਕਰੀਆ ਹੈ ਨਾ ਬਲਵੀਰ ਪੱਡਾ ਜੀ ਦਾ ਪੱਡਾ ਟਰਕਿੰਗ ਤੇ ਨਹੀਂ ਕਲਿੱਕ ਕਰਨਾ ਉਹਦੇ ਥੱਲੇ ਕੈਡ ਹੋਣੀ ਆ ਕਾਂਢੇ ਵਾਲੀ ਇਿੱਤੇ ਕਲਿੱਕ ਕਰਨਾ ਆ ਦੇਖੋ ਲਓ ਇੰਨਾ ਕੰਮ ਆ ਲਓ ਹੋ ਗਿਆ ਕਲਿੱਕ ਤੇ ਇੱਥੋਂ ਬੈਗ ਚਲ ਜਾਣਾ ਆਪਾਂ ਹਨਾ ਤੇ ਭਰਾਵੋ ਮੈਨੂੰ ਨਹੀਂ ਪਤਾ ਲੱਗਦਾ ਹੁਣ ਤਾਂ ਸਭ ਨੂੰ ਬਤਾ ਦੇ ਇੱਥੋਂ ਬੈਗ ਚਲ ਜਾਣਾ ਆ ਬੈਗ ਚਲ ਗਿਆ ਲਓ ਇੰਨਾ ਕੰਮ ਆ ਕਿੰਨਾ ਕੀ ਤੁਹਾਡਾ ਟਾਈਮ ਲੱਗ ਗਿਆ ਜਾਂ ਕਿਹੜੇ ਤੁਹਾਡੇ ਪੈਸੇ ਉੱਡ ਗਏ ਭਰਾਵੋ ਕੋਈ ਪੈਸਾ ਨਹੀਂ ਉੱਡਦਾ ਡਾਟਾ ਤੁਹਾਡਾ ਨਹੀਂ ਉੱਡਦਾ ਕੁਝ ਨਹੀਂ ਹੁੰਦਾ ਤੇ ਮੇਰੀ ਸਪੋਰਟ ਹੋ ਜੂਗੀ ਜਿਹੜੇ ਮੈਂ ਤੱਥ ਲਿਓ ਨਾ ਮੈਂ ਹੋਰ ਵਧੀਆ ਤਰੀਕੇ ਨਾਲ ਲਿਆਉਂ ਰੇਡੀਓ ਤੇ ਹੋਰ ਵਧੀਆ ਗੱਲਾਂ ਹੋਣਗੀਆਂ ਆਰ ਜੇ ਰੱਖਾਂਗੇ ਇੰਡੀਆ ਤੋਂ ਜਿਹੜੇ ਵਧੀਆ-ਵਧੀਆ ਪੱਤਰਕਾਰ ਜਤਿੰਦਰ ਪੰਨੂ ਜੀ ਜਾਂ ਹੋਰ ਵੱਡੇ-ਵੱਡੇ ਪੱਤਰਕਾਰ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਰੇਡੀਓ ਤੇ ਲਿਆਵਾਂਗੇ ਸੋ ਪੈਸਾ ਹੀ ਆ ਹਰ ਇੱਕ ਚੀਜ਼ ਪੈਸੇ ਤੋਂ ਹੀ ਸ਼ੁਰੂ ਹੁੰਦੀ ਭਰਾਵੋ ਸੋ ਹਨਾ ਮਤਲਬ ਕਾਰ ਸੇਵਾ ਦਾ ਕੋਈ ਅੱਜ ਦੇ ਦਿਨ ਚ ਕਰਦਾ ਨਹੀਂਗਾ ਸੋ ਇਹੀ ਬੇਨਤੀ ਆ ਕਲਿੱਕ ਕਰਿਆ ਕਰੋ ਤੇ ਹੱਸਦੇ ਰਹੋ ਬਸਦੇ ਰਹੋ ਅਜੇ ਤਵਾਰਾ ਰੇਡੀਓ ਤੇ ਨਹੀਂ ਆਉਣਾ ਹੁਣ ਸ਼ਾਮ ਨੂੰ ਦੇਖੂਗਾ ਤੇ ਸ਼ੇਅਰ ਕਰਦੇ ਹੋ ਬਧੋਬਧ ਤੇ ਕਲਿੱਕ ਵੀ ਕਰਦੇ ਹੋ ਤੈ ਦਲੋ ਸ਼ੁਕਰੀਆ ਅਡਿਓਸ